ਪੁਲਿਸ ਚੋਰਾਂ ਨੂੰ ਫੜਨ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ ਅਤੇ ਪੁਲਿਸ ਦਾ ਕੰਮ ਹੁਣ ਪਿੰਡਾਂ ਦੇ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਭਾ ਬਲਾਕ ਦੇ ਪਿੰਡ ਮੰਡੌੜ ਜਿੱਥੇ ਕਿ ਲੋਕਾਂ ਨੇ ਹੀ ਸਾਈਕਲ ਚੋਰ ਅਤੇ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕੀਤਾ। ਇਸ ਚੋਰ ਗਿਰੋਹ ਦੀ ਪਿੰਡ ਦੇ ਲੋਕਾਂ ਵੱਲੋਂ ਪਹਿਲਾਂ ਖੂਬ ਚਿੱਤਰ ਪਰੇਡ ਕੀਤੀ ਗਈ, ਫਿਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕੀਤੀ ਗਈ। ਇਹਨਾਂ ਚੋਰਾਂ ਨੂੰ ਲੋਕਾਂ ਵੱਲੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹਨਾਂ ਦੇ ਖਿਲਾਫ਼ ਪੁਲਿਸ ਥਾਣਾ ਸਦਰ ਚੌਂਕੀ ਰੋਟੀ ਪੁਲ ਵਿਖੇ ਮਾਮਲਾ ਦਰਜ ਕੀਤਾ ਗਿਆ, ਪਰ ਇਸ ਸੰਬੰਧੀ ਪੁਲਿਸ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ। ਛੋਟਾ ਇੱਥੇ ਕਿਵੇਂ ਕੰਡਕਟ ਹੋਇਆ? ਪੂਰੇ ਕਿਵੇਂ ਕੰਡਕਟ ਹੋਇਆ? ਕਿਹੜੇ ਪੁਲਾਂ ਤੇ ਰਹਿੰਦੇ? ਰੋਟੀ ਦੇ ਪੁਲਾਂ ਤੇ। ਅੱਛਾ, ਬੋਲੋ ਛੇਤੀ ਕਰ। ਨਹੀਂ ਬੋਲ ਛੇਤੀ ਕਰ, ਹੋਰ ਕਿੰਨਾ ਕਿੱਥੇ ਕੀ? ਫੇਰ ਕਟਾਪਾ ਉਹ ਫੜ ਕੇ ਪਿੰਡ ਪਿੰਡ ਚੋਂ ਚੁੱਕਿਆ। ਹੋਰ ਕਿਹੜੇ ਪਿੰਡ ਚੋਂ ਚੋਰੀਆਂ ਕੀਤੀਆਂ ਨੇ? ਲਾਲੇ ਹੋਰ ਯਾਰ ਤਿੰਨ ਸੌ ਦਾ ਆਵਾਜ਼ੀ ਕੌਮ ਟੀਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।